फटाफट कपड़े भी कढ ला नालो नाल ही पा गए ते चल झाड़ू पोचा भी कर ते जल्दी कर दी थोड़ी चंगा चलो ठीक है मैं कर दिनी जल्दी कर दी बैग चो लभनी कोई बोतल यार दोस्त दी है मैं मास्टर नूं देनी है ते आपां भी चल ओदां ही मन जाणा कि चल सच ही कहण डिया साडे नाल क्यों इहने झूठ पाउणा बचा होएगा सारी दुनिया ते आही फैलिया होया वा घर घर ही अग लगी हुई है मैं ते आप रब दा बड़ा ही शुक्र कर दी आ कि प्रीत गया ही पढ़न वास्ते यूनिवर्सिटी तक होया ते चल इन्ना शुक्र है कि आ लत्तां तो जड़ा बचिया दा आ कि भैड़ी संगत तो ठीक है मैं चलदी हां कोई गल नहीं चंगा ਕੁੱਟ ਕੇ ਪੀਣੀ ਸਰਦੀ ਨਾ ਹੋਣੀ ਚੱਲ ਮੇਰੇ ਜੀ ਵੀ ਕੁੱਟ ਬਣਾ ਲਿਓ ਅੱਛਾ ਠੀਕ ਆ ਹੋਰ ਰੋਟੀ ਪਾਣੀ ਲਿਆਵਾਂ ਨਾ ਨਹੀਂ ਰੋਟੀ ਅਜੇ ਬਾਅਦ ਖਾਣੀ ਮੈਂ ਕਾਲਜ ਤੋਂ ਖਾਇਆ ਸੀ ਅੱਛਾ ਤੇ ਡੀਐਮਸੀ ਮਿਲ ਗਈ ਅੱਜ ਉਹ ਨਾ ਮੇਰਾ ਨਾ ਡੀਐਮਸੀ ਤੇ ਆ ਗਈ ਸੀ ਡੀਐਮਸੀ ਉੱਤੇ ਨਾ ਨਾਂ ਗਲਤ ਆ ਗਿਆ ਸੀ ਤਾਂ ਕਰਕੇ ਉਹ ਨਾਂ ਠੀਕ ਹੋਣ ਗਿਆ ਵਾ ਉਹ ਕਿੱਦਾਂ ਗਲਤ ਆ ਗਿਆ ਪਤਾ ਨਹੀਂ ਉਹ ਕਿਤੇ ਕਲਰਕ ਨੇ ਮਿਸਟੇਕ ਨਾਲ ਟਾਈਪ ਕਰਤਾ ਹੋਣਾ ਵਾ ਤੇ ਹੁਣ ਗਲਤ ਹੋ ਗਿਆ ਤੇ ਉਹ ਨਾ ਠੀਕ ਹੋਣ ਗਿਆ ਘੱਟੋ ਘੱਟ ਮਹੀਨਾ ਡੇਢ ਮਹੀਨਾ ਲੱਗਣਾ ਉਹਨੂੰ ਠੀਕ ਹੋਣ ਨੂੰ ਤੇ ਨਾਲੇ ਸੱਚ ਨਾ 3000 ਰੁਪਇਆ ਵੀ ਦੇ ਦਿਓ ਮੈਨੂੰ ਉਹ ਕਰੈਕਸ਼ਨ ਫੀਸ ਲੱਗਣੀ ਸੀ ਉੱਥੇ ਚਲ ਕੋਈ ਨਹੀਂ ਕੰਮ ਠੀਕ ਹੋਣਾ ਚਾਹੀਦਾ ਵਾ ਪੈਸਿਆਂ ਦੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਹਲੋ ਹਾਂ ਗੁਰੇ ਕਿਵੇਂ ਆ ਅੱਛਾ ਮੇਰੀ ਗੱਲ ਸੁਣ 3000 ਲੱਗਦਾ ਹੈ ਨਾ ਤੂੰ ਉਹ ਕਰ ਲੈ ਭਰਾ ਦੇ 3000 ਰੁਪਏ ਦਾ ਇੰਤਜ਼ਾਮ ਤੋਲਾ ਲੈ ਦੇ ਹੁਣ ਭਰਾ ਨੂੰ ਉਹ ਬਸ ਬੇਬੇ ਨੂੰ ਪਾਲਿਆ ਬੱਟੂ ਚੱਲ ਸਵੇਰੇ ਲੈ ਗਈ ਕਾਲ ਦੇ ਫਿਰ ਤੋਲਾ ਰਹੇਗਾ ਚੰਗਾ ਚੰਗਾ ਬਾਏ ਕੱਲ ਨਹੀਂ ਪਿੰਦੇ ਨਿਰੀ ਜਾ दोस्त जरूर आया ही। हो सकता ओने खादा हो सुट गया हो करी मम्मी गल चाहे ओने गल कर दी कुछ नहीं आया सिर्फ एक मेरी डीएमसी नहीं आई कि ना दी वजह कारण ठीक करने दिती ਕਿੱਦਾਂ ਦੀਆਂ ਭੋਲੀਆਂ ਗੱਲਾਂ ਕਰਦੇ ਜੇ ਮਾਤਾ ਜੀ ਉਹਦੀਆਂ ਤੇ ਅਜੇ ਪਹਿਲੇ ਸਮੈਸਟਰ ਦੀਆਂ ਸਪਲੀਆਂ ਨਹੀਂ ਪਾਸ ਹੋਈਆਂ ਤੇ ਤੀਜੇ ਸਾਲ 'ਚ ਉਹਨੇ ਕਿੱਥੋਂ ਆ ਜਾਣਾ ਵਾ ਤੇ ਨਾਲੇ ਇੱਕ ਗੱਲ ਹੋਰ
ਹੁਣ ਨਾ ਸਾਰੇ ਕਾਲਜ ਦੇ ਬੱਚਿਆਂ ਦੇ ਜਿੰਨੀ ਵੀ ਫੀਸ ਪੈਂਡਿੰਗ ਪਈ ਆ ਸਾਰੇ ਕਲੀਅਰ ਕਰਨ ਡੇ ਆ, ਅਤੇ ਇਹਦੀ ਵੀ ਫੀਸ ਪੈਂਡਿੰਗ ਪਈ ਆ ਅਤੇ ਉਹ ਵੀ ਤੁਸੀਂ ਭੇਜ ਦਿਓ, ਤਾਂ ਹੀ ਪੇਪਰ 'ਚ ਬਹਿ ਦੇਣਾ ਉਹਨਾਂ ਨੇ। ਘਾਇਆ ਫੀਸ ਪਰ ਘਰੋਂ ਦੋ ਸਾਰੀਆਂ ਫੀਸਾਂ ਲੈ ਕੇ ਗਿਆ ਜੇ। ਇੱਦਾਂ ਹੀ ਕਹਿੰਦੇ ਹੁੰਦੇ ਆ ਸਾਰੇ, ਕੋਈ ਫੀਸ ਨਹੀਂ ਦਿੱਤੀ ਉਹਨੇ, ਨਾਲੇ ਉਹ ਤਾਂ ਕਹਿੰਦਾ ਸੀਗਾ ਕਿ ਮੇਰੀ ਮੰਮੀ ਦਾ ਆਪਰੇਸ਼ਨ ਹੋਇਆ ਵਾ ਅਤੇ ਸਾਰੇ ਪੈਸੇ ਸਾਰੇ ਉੱਧਰ ਬੜੇ ਲੱਗਣ ਡੇ ਆ। ਅਸੀਂ ਤਾਂ ਸਾਰੀ ਟੀਮ ਨੇ ਤਰਸਦੇ ਆਧਾਰ 'ਤੇ ਉਹਨੂੰ ਪੇਪਰ ਵਿੱਚ ਬਹਿ ਦਿੱਤਾ, ਅਤੇ ਪਰ ਹੁਣ ਉਹਦਾ ਆਖਰੀ ਸਾਲ ਆ ਅਤੇ ਹੁਣ ਤਾਂ ਫੀਸ ਦੇਣੀ ਪੈਣੀ ਤੁਹਾਨੂੰ ਜੀ। ਪਰ ਮੇਰਾ ਤਾਂ ਸਰ ਕੋਈ ਆਪਰੇਸ਼ਨ ਹੀ ਨਹੀਂ ਹੋਇਆ। ਤੁਹਾਡਾ ਕੋਈ ਆਪਰੇਸ਼ਨ ਨਹੀਂ ਹੋਇਆ? ਫਿਰ ਤਾਂ ਗੱਲ ਬਿਲਕੁਲ ਸਾਫ਼ ਆ ਜੀ, ਮੁੰਡਾ ਤੁਹਾਡਾ ਵਿਗੜ ਗਿਆ ਜੀ। ਆਪਣੇ ਮੁੰਡੇ ਦਾ ਖਿਆਲ ਰੱਖੋ। ਚੰਗਾ ਜੀ, ਸਤਿ ਸ਼੍ਰੀ ਅਕਾਲ। ਚੰਗਾ ਜੀ, ਸਤਿ ਸ਼੍ਰੀ ਅਕਾਲ। ਕੁਛ ਵੀ ਨਹੀਂ ਮਾਸੀ, ਤੇਰੀ ਦਾ ਫੋਨ ਆਇਆ ਸੀ, ਉਹ ਸੁਣ ਕੇ ਹਟੀ ਆ। ਠੀਕ ਰਹਿੰਦੀ ਮਾਸੀ ਮੇਰੀ? ਮਾਸੀ ਕੁਛ ਵੀ ਨਹੀਂ, ਠੀਕ ਠਾਕ ਆ। ਤੂੰ ਦੱਸ। ਮੈਂ ਬਸ ਗਿਆ ਸੀ ਕਾਲਜ, ਉਹੀ ਤੁਹਾਨੂੰ ਦੱਸਿਆ ਤੇ ਆਹੀ ਨਾਂ ਕਰੈਕਸ਼ਨ ਕਰਾਉਣਾ ਸੀ। ਉਹ ਦੇ ਗਏ ਨਾਂ ਕਰੈਕਸ਼ਨ ਦੀ ਐਪਲੀਕੇਸ਼ਨ, ਨਾਲੇ ਫੀਸ ਫੂਸ ਜਮ੍ਹਾਂ ਕਰਾ ਗਏ। ਕਿਹੜੇ ਕਰੈਕਸ਼ਨ ਦੀ? ਉਹੀ TMC ਤੁਹਾਨੂੰ ਦੱਸਿਆ ਤੇ ਆਹੀ ਗਲਤ ਆ ਗਈ ਆ। ਤੇ ਮੈਂ ਵੀ ਤੁਹਾਨੂੰ ਕੁਛ ਦੱਸਾਂ, ਤੇਰੇ ਸਰ ਦਾ ਫੋਨ ਆਇਆ ਸੀ ਅੱਜ ਮੈਨੂੰ, ਤੇ ਮੈਨੂੰ ਪਤਾ ਤੂੰ ਜਿਹੜੀਆਂ DMC ਆ ਕਲੀਅਰ ਕਰਦਾ ਫਿਰਦਾ। ਤੇਰੇ ਕੋਲ ਤਾਂ ਪਹਿਲਾ ਸਮੈਸਟਰ ਨਹੀਂ ਕਲੀਅਰ ਹੋਇਆ ਹਲੇ, ਇੰਨੇ ਪੈਸੇ ਬਰਬਾਦ ਕਰ ਛੱਡੇ ਆ ਤੂੰ। ਉਹ ਜਿਹੜੀਆਂ ਘਰ ਵਿੱਚ ਮੈਨੂੰ ਲੱਗਦਾ ਕਿ ਉਹ ਡਈ ਸ਼ਾਲੂ ਆ ਲਿਪਾਂ ਲੁਪਾਂ ਦਿਖਾਉਣ ਮੈਨੂੰ, ਉਹ ਮੈਨੂੰ ਲੱਗਦਾ ਇਹ ਤੇਰੇ ਹੀ ਕਾਰਨਾਮੇ ਆ। ਕਿਹੜੀਆਂ ਲਿਪਾਂ? ਆਹੀ ਕਹਿੰਦੀ ਜਿਹੜਾ ਕਹਿੰਦੀ ਨਵੇਂ ਮਾਡਲ ਦਾ ਆਇਆ ਵਾ ਤਮਾਕੂ। ਐਵੇਂ ਮੇਰਾ ਹੀ, ਮੈਂ ਨਹੀਂ ਖਾਂਦਾ ਖੁੰਦਾ, ਨਾਲੇ ਇਹੋ ਜਿਹਾ ਇਹੋ ਜਿਹੀ ਚੀਜ਼ ਨਹੀਂ ਮੈਂ ਆਪਣੇ ਸਰੀਰ ਨੂੰ ਕਦੇ ਵੀ ਲਾਈ। ਅਤੇ ਫਿਰ ਉਹ ਪੈਸੇ ਕਿੱਥੇ ਜਾਂਦੇ? ਤੇਰੇ ਸਰ ਉੱਤੋਂ ਮੈਨੂੰ ਕਹਿਣ ਡੇ ਕਿ ਉਹਦੀ ਮਾਤਾ ਬਿਮਾਰੀ, ਇਹ ਉਦੋਂ ਵੀ ਨਹੀਂ ਫੀਸਾਂ ਇਹਨੇ ਜਮ੍ਹਾਂ ਕਰਾਈਆਂ, ਅਤੇ ਮੇਰਾ ਤਾਂ ਕੋਈ ਪ੍ਰਸ਼ਨ ਤੱਕ ਨਹੀਂ ਹੋਇਆ, ਮੇਰੇ ਤਾਂ ਸਿਰ ਪੀੜ ਨਹੀਂ ਹੋਈ ਕਦੀ। ਯਾਰ ਕੀ ਦੱਸਾਂ ਤੁਹਾਨੂੰ, ਯਾਰਾਂ ਦੋਸਤਾਂ ਵਿੱਚ ਫਿਰਨ ਵਾਸਤੇ ਪੈਸੇ ਚਾਹੀਦੇ ਹੁੰਦੇ ਸੀ, ਅਤੇ ਤੁਸੀਂ ਪੈਸੇ ਦਿੰਦੇ ਸੀ ਬਸ ਜਿੰਨੇ ਕੁ ਲੋੜ ਵਾਲੇ ਆ, ਅਤੇ ਮੈਂ ਕਿੱਥੋਂ ਕਰਦਾ? ਆਪ ਇੰਨੇ ਵੱਡੀ ਅਕਾਲ 'ਚ ਪਾਤਾ ਪਹਿਲੇ, ਅਤੇ ਫਿਰ ਮੈਨੂੰ ਯਾਰਾਂ ਦੋਸਤਾਂ ਵਾਂਗੂ ਰਹਿਣਾ ਪੈਂਦਾ ਸੀ। ਮੈਂ ਫਿਰ ਖਰਚ ਲਈ ਫੀਸ ਟਾਈ ਕਰਤੀ ਇੱਕ ਸਾਲ ਦੀ। ਪਰ ਤੈਨੂੰ ਵੀ ਤਾਂ ਸਾਡਾ ਥੋੜ੍ਹਾ ਧਿਆਨ ਦੇਣਾ ਚਾਹੀਦਾ ਸੀ, ਵੱਡੇ ਕਾਲਜ 'ਤੇ ਪਾਇਆ ਕਿ ਚੱਲ ਤੂੰ ਪੜ੍ਹ ਲਿਖ ਕੇ ਚੱਲ ਕੁਛ ਬਣ ਜਾਏਗਾ, ਹੈ ਨਾ? ਅਤੇ ਚੱਲ ਹਾਂ, ਜੇ ਤੂੰ ਆਪਣੀ ਗਲਤੀ ਮਹਿਸੂਸ ਕਰਦਾ ਕਿ ਮੇਰੇ ਕੋਲ ਵੀ ਗਲਤੀ ਹੋਈ ਆ, ਤਾਂ ਮੈਂ ਤੈਨੂੰ ਦਿੰਦੀ ਹਾਂ ਚੈੱਕ, ਅਤੇ ਜਾ ਕੇ ਤਾਂ ਆਪਣੀਆਂ ਫੀਸਾਂ ਕਲੀਅਰ ਕਰ, ਜੇ ਅੱਗੇ ਤੂੰ ਸੁਧਰ ਜਾਣਾ। ਠੀਕ ਆ, ਤੁਸੀਂ ਮੇਰੀ ਫੀਸ ਕਲੀਅਰ ਕਰ ਦਿਓ, ਅੱਗੇ ਤੋਂ ਨਹੀਂ ਆਇਆ ਕੁਛ ਹੁੰਦਾ। ਤਾਂ ਹੋਰ ਵੀ ਦੱਸ ਦੇ ਵੀ, ਹੋਰ ਤਾਂ ਨਹੀਂ ਆ ਕਿਤੇ ਨਸ਼ੇ ਪੱਤੇ ਕਰਕੇ ਕੋਈ ਕਾਰਨਾਮੇ ਕੀਤੇ ਦੇ? ਹੋਰ ਵੀ ਜੇ ਕਿਤੋਂ ਪੈਸੇ ਚੁੱਕੇ ਤਾਂ ਮੈਨੂੰ ਇੱਕੋ ਵਾਰੀ ਦੱਸ ਦੇ। ਨਹੀਂ ਨਹੀਂ, ਹੋਰ ਕਿਤੇ ਚੁੱਕਣੇ ਸੀ, ਨਾਲੇ ਮੈਂ ਕਿਹੜਾ ਕੋਈ ਨਸ਼ਾ ਕਰਦਾ ਯਾਰ, ਬਸ ਆਹੀ ਫੀਸ ਹੀ ਦੇਣ ਵਾਲੀ ਕਾਲਜ ਦੀ, ਤੁਸੀਂ ਦੇ ਦਿਓ, ਇਸ ਤੋਂ ਇਲਾਵਾ ਕੁਛ ਨਹੀਂ ਆ। ਹੁਣ ਤਾਂ ਜੇ ਸੱਚ ਠੀਕ ਆ, ਸਵੇਰੇ ਲੈ ਜੀ ਜਾਣ ਲੱਗਾ ਕਾਲਜ। ਠੀਕ ਹੈ, ਮੈਂ ਚੱਲਿਆ ਫਿਰ, ਸੋਣਾ ਮੈਂ, ਘੜੀ ਥੱਕ ਗਿਆ ਸੀ ਅੱਜ। ਬੀਬੀ ਜੀ, ਆਹ ਪ੍ਰੀਤ ਦੀ ਚਿੱਠੀ ਆਈ ਆ ਥੱਲੇ, ਉਹ ਤੇ ਆ ਬਾਹਰ ਨੂੰ ਚੱਲ ਗਏ, ਤੇ ਮੈਂ ਤੁਹਾਨੂੰ ਫੜਾ ਦਿੰਨੀ ਆ। ਡਾਕੀ ਆਇਆ ਸੀ ਥੱਲੇ ਦੇਣ। ਪ੍ਰੀਤ ਨੇ ਲੱਲੇ ਦਾ ਬੈਂਕ ਚੋਂ 1,00,000 ਰੁਪਇਆ ਕਰਜ਼ਾ, ਤੇ ਉੱਤੋਂ ਬੈਂਕ ਵਾਲਿਆਂ ਨੇ ਵਾਰਨਿੰਗ ਦਿੱਤੀ ਦੀ ਆ, 420 ਦਾ ਪਰਚਾ ਕੱਟ ਦਿੱਤਾ ਦਾ ਕਿ ਇਹ ਜੇ ਇਹਨੂੰ ਡਿਫਾਲਟਰ ਕਰ ਦਿੱਤਾ ਕਿ ਜੇ ਨਹੀਂ ਤਾਰੇਗਾ ਤੇ ਫਿਰ ਇਹਨੂੰ 420 ਦੇ ਕੇਸ 'ਚ ਅੰਦਰ ਕੀਤਾ ਜਾਏਗਾ। ਫਿਰ ਕੀ ਆ, ਦੇ ਦਿਓ ਹਾਂ ਤੁਸੀਂ 1,00,000 ਰੁਪਇਆ, ਕਿੰਨਾ ਗਿਆ ਤੁਹਾਡੇ ਵਾਸਤੇ? ਕੱਲ 1,00,000 ਰੁਪਏ ਦੇਣੀ ਆ ਮਹਾਂ, ਤੇ ਪਾਈ ਪਾਈ ਕਰਕੇ ਪੈਸਾ ਜੋੜੀਦਾ ਹੈ, ਤੇ ਸਾਰਾ ਕੁਛ ਉਹਦੇ ਵਾਸਤੇ ਹੀ ਆ, ਪਰ ਉਹ ਅੱਗੇ ਵੀ ਉਹਨੇ ਪਤਾ ਨਹੀਂ ਹੁਣ ਕਿਹੜੀ ਸੰਗਤ ਵਿੱਚ ਪੈ ਗਿਆ,
मैं एक बार कहा भी जो होर भी किसी का कोई पैसा देना तो मैं दस दे वो तो 420 मेरे नाल ही खेडन दिया वा वह कहता मैं किसी का कोई पैसा नहीं देना चल कोई नहीं कल आ लेंगे उन्होंने मेरे को चैक लैन हूँ सवेरे वो वास्ते कॉलेज वास्ते फिर मैं करांगी ये गल ओ मम्मी हाँ जी ओ फिर दे दो चेक फिर मैं जाके कॉलेज पैसे दे आऊंगा हां मैं चेक चिट्ठी ਇਹਨਾਂ ਮੰਮੀ ਜੀ ਮੈਂ ਤੁਹਾਨੂੰ ਦੱਸਣੀ ਵਾਲਾ ਸੀ ਕਿ ਮੇਰਾ ਬੈਂਕ ਵਾਲੇ ਵੀ ਪੈਸੇ ਲੈਂਦੇ ਤੁਹਾਡੇ ਵੀ ਮੈਂ ਤੁਹਾਨੂੰ ਸੱਚ ਦੱਸਾਂ ਤੇ ਜਿਹੜੇ ਤੁਹਾਡੇ ਕੋਲ ਮੈਂ ਅੱਜ ਪੈਸੇ ਖੜਨੇ ਸੀ ਨਾ ਮੈਂ ਬੈਂਕ ਦੇ ਦੇਣੇ ਸੀ ਤੇ ਜਦੋਂ ਮੈਂ ਤੈਨੂੰ ਕਿਹਾ ਸੀ ਕਿ ਸਾਰੇ ਇੱਕੋ ਵਾਰੀ ਦੱਸ ਦੇ ਤੇ ਫਿਰ ਉਦੋਂ ਕਿਉਂ ਨਹੀਂ ਦੱਸੇ ਯਾਰ ਕਿਹੜੇ ਮੂੰਹ ਨਾਲ ਦੱਦਾ ਮੈਂ ਡਰ ਗਿਆ ਸੀ ਮੈਂ ਕਿਹਾ ਤੁਸੀਂ ਕਹੋਗੇ ਵੀ ਦੱਸ ਬੈਂਕਾਂ ਤੋਂ ਵੀ ਕਰਜ਼ੇ ਲਈ ਜਾਣਾ ਤਾਂ ਕਰਕੇ ਮੈਂ ਡਰਦੇ ਰਹਿਣੇ ਦੱਸਿਆ ਤੁਹਾਨੂੰ ਅੱਛਾ ਇਹਨਾਂ ਨੇ ਤੇ 420 ਦਾ ਕੇਸ ਪਾਣਾ ਨਾ ਉਹਨਾਂ ਨੇ ਤੇ ਪਾਉਂਦੇ ਪਾਣਾ ਤੂੰ ਤੇ ਇੱਕ ਮਾਂ ਨਾਲ ਵੀ 420 ਕਰਤੀ ਯਾਰ ਮੈਨੂੰ ਪੂਰਾ ਪਛਤਾਵਾ ਵਾ ਮੈਂ ਜੋ ਵੀ ਕੀਤਾ ਹੈ ਮੈਂ ਕਾਲਜ ਮੁੰਡਿਆਂ ਦੇ ਨਾਲ ਨਾ ਫੋਨ ਦੇ ਉੱਤੇ ਜੂਏ ਦੀ ਲੱਤ 'ਚ ਲੱਗ ਗਿਆ ਮੈਂ ਮੈਚਾਂ 'ਤੇ ਪੈਸੇ ਲਾਉਣ ਲੱਗਾ ਸੀ ਅੱਜ ਮੈਂ ਥੱਲੇ ਲੱਗ ਗਿਆ ਹੌਲੀ ਹੌਲੀ ਪਹਿਲੇ ਯਾਰਾਂ ਦੋਸਤਾਂ ਨੂੰ ਫੜ ਫੜ ਕੇ ਲਾਉਂਦਾ ਰਿਹਾ ਫਿਰ ਉਹਨਾਂ ਸਾਰਿਆਂ ਨੇ ਜਦੋਂ ਮੰਗੇ ਤਾਂ ਮੈਨੂੰ ਕੋਈ ਹੋਰ ਚਾਰਾ ਨਹੀਂ ਲੱਗਿਆ ਤੇ ਮੈਂ ਬੈਂਕ ਨੂੰ ਪੈਸੇ ਲੈ ਕੇ ਉਹਨਾਂ ਨੂੰ ਦੇ ਦਿੱਤੇ ਤੂੰ ਕਦੀ ਇਹ ਸੋਚਿਆ ਕਿ ਕਿੰਨੀ ਮਿਹਨਤ ਦੇ ਨਾਲ ਅਸੀਂ ਪੈਸੇ ਜੋੜੇ ਆ ਹੈ ਤੇ ਸਾਰਾ ਕੁਝ ਤੇਰੇ ਵਾਸਤੇ ਆ ਭਾਵੇਂ ਤੂੰ ਅੱਜ ਉਹਨੂੰ ਖਰਚ ਲਾ ਦੇ ਭਾਵੇਂ ਆਉਣ ਵਾਲੇ ਕੱਲ੍ਹ ਵੀ ਰੱਖ ਲਾ ਪਰ ਹਰ ਕੋਈ ਆਪਣੇ ਆਉਣ ਵਾਲੇ ਸਮੇਂ ਲਈ ਸੇਫਟੀ ਕਰਦਾ ਆ ਤੇ ਤੂੰ ਸਾਨੂੰ ਬੁਢਾਪੇ 'ਚ ਕੀ ਸਾਂਭਣਾ ਹੈ ਜਿਹੜਾ ਤੂੰ ਤਾਂ ਹੁਣ ਆਪ ਹੀ ਭੈੜਿਆ ਕੰਮਾਂ 'ਚ ਲੱਗ ਗਿਆ ਇੱਕ ਵਾਰੀ ਯਕੀਨ ਕਰ ਲਓ ਮੈਂ ਤੇ ਪਲੀਜ਼ ਆਹ ਲਾਸਟ ਹੀ ਆ ਇਸ ਤੋਂ ਬਾਅਦ ਤੁਹਾਨੂੰ ਕੋਈ ਝਟਕਾ ਨਹੀਂ ਦਿੰਦਾ ਮੈਂ ਜਾਣਦਾ ਹਾਂ ਇੱਕੋ ਦਿਨ 'ਚ ਤੁਹਾਨੂੰ ਅੱਗੇ ਦੋ ਝਟਕੇ ਦੇ ਦਿੱਤੇ ਆ ਇਸ ਤੋਂ ਬਾਅਦ ਤੁਹਾਨੂੰ ਕੋਈ ਝਟਕਾ ਨਹੀਂ ਆਊਗਾ ਇੱਕ ਵਾਰੀ ਮਾਫ਼ ਕਰ ਦਿਓ ਪਲੀਜ਼ ਮੇਰੇ ਕੋਲ ਤਾਂ ਕੋਈ ਹੈ ਨਹੀਂ ਉਹ ਗੁੰਜਾਇਸ਼ ਮਾਫ਼ੀ ਦੀ ਰਹਿ ਗਈ ਅਤੇ ਨਾ ਹੀ ਤੇਰੇ 'ਤੇ ਵਿਸ਼ਵਾਸ ਕਰਨ ਦੀ ਹੁਣ ਤੂੰ ਆਪਣਾ ਜਿੱਦਾਂ ਵੀ ਤੇਰੇ ਕੋਲ ਸਰਦਾ ਨਾ ਹੁਣ ਸਾਰ ਇਤਨਾ ਜਿਹੜਾ ਜੇ ਤੂੰ ਆਪਣੇ ਪੈਰਾਂ 'ਤੇ ਸਟੈਂਡ ਹੋ ਜਾਏਗਾ ਮੈਨੂੰ ਲੱਗੇਗਾ ਵੀ ਤੂੰ ਸਹੀ ਚੱਲਣ ਡਿਆ ਵਾ ਅਤੇ ਸਾਰਾ ਕੁਛ ਪੁੱਤ ਤੇਰਾ ਹੀ ਆ ਫਿਰ ਜੋ ਮਰਜ਼ੀ ਲੈ ਲਈ ਪਰ ਉਹਨਾਂ ਚਿਰ ਮੈਂ ਤੈਨੂੰ ਹੁਣ ਇੱਕ ਪੈਸਾ ਨਹੀਂ ਉਹ ਦੇਣਾ ਤੇ ਨਾ ਹੀ ਮੈਂ ਤੈਨੂੰ ਹੁਣ ਕੋਈ ਪੈਸਾ ਦੇਣਾ ਹੀ ਉਹ ਫੀਸਾਂ ਵਾਸਤੇ ਤੇ ਨਾ ਹੀ ਤੇਰੇ ਕਰਜ਼ੇ ਵਾਸਤੇ ਜਿੰਨੇ ਮਰਜ਼ੀ ਆਉਣ ਤੇ ਭਾਵੇਂ ਤੈਨੂੰ ਜਿਹੜਾ ਮਰਜ਼ੀ ਚੁੱਕ ਕੇ ਲੈ ਜਾਏ ਬੈਂਕ ਵਾਲਾ ਤੇ ਭਾਵੇਂ ਜਿਹੜਾ ਮਰਜ਼ੀ ਸਤਿ ਸ਼੍ਰੀ ਅਕਾਲ ਜੀ ਅਤੇ ਵੀਡੀਓ ਨੂੰ ਪੂਰਾ ਵੇਖਣ ਲਈ ਤੁਹਾਡਾ ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਅਤੇ ਇੱਦਾਂ ਹੀ ਆਪਣੀ ਸਪੋਰਟ ਪਿਆਰ ਬਣਾ ਕੇ ਰੱਖਿਓ ਸਾਡੇ ਚੈਨਲ ਦੇ ਉੱਤੇ ਅਤੇ ਵੀਡੀਓ ਦੇ ਵਿੱਚ ਦਿੱਤਾ ਮੈਸੇਜ ਜ਼ਰੂਰ ਅੱਜ ਦੇ ਯੰਗ ਯੂਥ ਨੂੰ ਵਿਖਾਇਓ ਕਿਉਂਕਿ ਅੱਜ ਕੱਲ੍ਹ ਨਿਆਣੇ ਇੱਦਾਂ ਹੀ ਕਰਦੇ ਆ ਕਿ ਘਰ ਦਿਨ ਧੋਖੇ 'ਚ ਰੱਖਦੇ ਆ ਅਤੇ ਇੱਧਰ ਉੱਧਰ ਫਸੇ ਰਹਿੰਦੇ ਆ ਅਤੇ ਬਹੁਤ ਵਧੀਆ ਹੁੰਦਾ ਆ ਘਰ ਦੇ ਹਮੇਸ਼ਾ ਸਾਥ ਦੇ ਹੀ ਦਿੰਦੇ ਆ ਘਰ ਦੱਸ ਦੇਣਾ ਚਾਹੀਦਾ ਆ ਜੇ ਕੋਈ ਇਹੋ ਜਿਹੀ ਗੱਲਬਾਤ ਹੋ ਜਾਵੇ ਤੁਹਾਡੇ ਕੋਲ ਕੰਮ ਵਾਲੀ ਅੜੀ ਹੱਸਦੀ ਆ ਅਤੇ ਹੱਸਦੀ ਵੱਸਦੀ ਰਹੇ ਰੱਬ ਨੂੰ ਇੱਕ ਦੋ ਘਰਾਂ ਦਾ ਕੰਮ ਹੋਰ ਦੇ ਚਲੋ ਠੀਕ ਹੈ ਜੀ ਥੈਂਕ ਯੂ ਫਿਰ ਦਿਸ ਇਜ਼ ਇਨ ਫੋਰ ਟੁਡੇ ਯਾ